السلام علیکم ناظرین میں ہوں آپ کا میزبان محمد نصر اللہ اج میں بہاری میں موجود ہوں میرے ساتھ میری ماں جی اور میری دو بہنیں موجود ہیں جو یہ ماں جی اپنی جوان بیٹیوں کو لے کر میڈیا پر ا گئی ہیں یہ ان کی شادی کے لیے کافی پریشان ہیں اب انہی کی زبانی جانتے ہیں یہ سارا معاملہ ہے کیا السلام علیکم وعلیکم السلام بیٹا میں نا لوکاں دے گھر اچ کم کرنی ہاں تے بیٹیاں نال نی لے جاندی میری جوان بیٹیاں نے لوکی جڑے نا طرح طرح دے نگاہ نال انہاں نوں دیکھدے نے ਤੇ ਮੈਂ ਇਸ ਲਈ ਨਹੀਂ ਲ ਜਾਂਦੀ ਬੇਟੀਆਂ ਨਾਲ ਗੰਦੀ ਨਜ਼ਰ ਨਾਲ ਗੰਦੀ ਨਜ਼ਰ ਨਾਲ ਵੇਖਦੇ ਨੇ ਤੇ ਮੈਂ ਬੇਟਾ ਜਿਹੜਾ ਨਾ ਖਰਾ ਆ ਖੁਦ ਕੰਮ ਕਰਨੀਆਂ ਬੱਚਾ ਨਹੀਂ ਮੈਂ ਨਾਲ ਲਿਜਾਣਾ ਚਾਹਦੀ ਕਿਉਂਕਿ ਮੇਰੀਆਂ ਬੱਚੀਆਂ ਜਿਹੜੀਆਂ ਨਾ ਇਹਨਾਂ ਮੇਰੇ ਤੋਂ ਬਰਦਾਸ਼ ਨਹੀਂ ਹੁੰਦਾ ਜਦੋਂ ਵੇਖਦੇ ਨੇ ਲੋਕ ਇਹ ਲੰਘਦੇ ਟੱਪਦੇ ਘਰ ਆਂਦੇ ਜਾਂਦਿਆਂ ਨੂੰ ਵੇਖਦੇ ਨੇ ਗੱਲਾਂ ਬਣਾਉਂਦੇ ਨੇ ਗੱਲਾਂ ਕਰਦੇ ਨੇ ਤੇ ਮੇਰੇ ਤੋਂ ਬਰਦਾਸ਼ ਨਹੀਂ ਹੁੰਦਾ ਤੇ ਇਸ ਲਈ ਮੈਂ ਚੁੱਪ ਕਰ ਤੇ ਨਾ ਬੱਚੀਆਂ ਨੂੰ ਘਰ ਰੱਖਣੀਆਂ ਜੋ ਨਸੀਬਾਂ ਚ ਐ ਜੋ ਕੁਝ ਮਿਲਦਾ ਐ ਉਹ ਮੈਂ ਸਿੱਖਾ ਲੈਨੇ ਪੀ ਲੈਨੇ अच्छा मां जी ये बताएं कि आप अपनी जवान बेटियों को नहीं लेकर जाते काम के लिए फिर ये घर में अकेली कैसे रहती हैं ए इन दी दादी अम्मा हैगी इन दे को रहंदी ओ ते मैं इन ना घर छोड़ जानी इसलिए छोड़ जानी है अभी बाहर बाहर नहीं मिल जाना चंदी ते इन दी दादी अम्मा ओ इन दा ख्याल करदी ओ इन दे को रहंदी है ते ओ ए ओंदी खिदमत करदियां ने ओ इन दी देखभाल करदी है ते इसलिए मैं बच्चियां जेड़े ना घर छोड़ जानी नाल निकल जाती दो ਯੇਨਦਰ ਭਾਈ ਨੇ ਉਹਨਾਂ ਨੂੰ ਆਂਦਿਆਂ ਨੂੰ ਜੋ ਮਿਸਾ ਲੂਣਾ ਹੈ ਉਹ ਬੱਚਿਆਂ ਨੂੰ ਰੋਟੀ ਰੋਟੀ ਖਵਾ ਲੈਂਦੇ ਮੈਂ ਸਵੇਰ 10 ਵਜੇ ਜਾਨੀ ਆ ਸ਼ਾਮ ਨੂੰ 4 ਵਜੇ ਘਰ ਆਨੀ ਆ ਮੈਂ ਖੁਦ ਹੀ ਕੰਮ ਕਰਨੀ ਆ ਮੈਂ ਬੱਚਿਆਂ ਨੇ ਨਾਲ ਲਿਜਾਣਾ ਚਾਹਦੀ ਅਗਰ ਆਪ ਅੱਗੇ ਵੀ ਮੈਂ ਬੱਚਿਆਂ ਦਾ ਹੱਥ ਦੇਣਾ ਹੈ ਅੱਗੇ ਵੀ ਬੱਚਿਆਂ ਨੂੰ ਮੈਂ ਵਿਆਹਣਾ ਹੈ ਤੇ ਕੋਈ ਮੇਰੀਆਂ ਬੱਚਿਆਂ ਨੂੰ ਕੱਲ ਨੂੰ ਗੱਲ ਨਾ ਕਰਨ ਵੀ ਤੁਸੀਂ ਤੇ ਘਰਾਂ ਦੇ ਵਿੱਚ ਰੋਲ ਰੋਲ ਤੇ ਆਂਜਾ ਜੇ ਤੇ ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਰੱਖਿਆ ਹੋਇਆ ਰੱਖਿਆ ਹੈ ਇਸ ਲਈ ਮੈਂ ਬੱਚਿਆਂ ਨਾਲ ਨਹੀਂ ਲਿਜਾਣਾ ਚਾਹਦੀ ਵੀ ਮੇਰੀਆਂ ਬੱਚਿਆਂ ਨੂੰ ਕੋਈ ਗੱਲ ਨਾ ਕਰੇ ਅਗਵੇਆਣਾ ਇਹਨਾਂ ਦੀਆਂ ਸ਼ਾਦੀਆਂ ਕਰਨੀਆਂ ਨੇ ਸਾਰਾ ਫੇਰ ਇਹਨਾਂ ਨੂੰ ਕੋਈ ਗੱਲ ਨਾ ਕਰੇ ਅੱਛਾ ਆਪ ਇਹ ਬਤਾਏ ਕਿ ਆਪਕੋ ਕਿਹੋ ਜਿਹਾ ਰਿਸ਼ਤਾ ਚਾਹੀਏ ਮਤਲਬ ਕਿਹੋ ਜਿਹਾ ਲੜਕਾ ਹੋਣਾ ਚਾਹੀਏ ਕਿ ਆਪ ਇਨਕੀ ਸ਼ਾਦੀ ਉਹਨਾਂ ਦੇ ਨਾਲ ਕਰਨਗੇ ਬਸ ਮੈਨੂੰ ਤਾਂ ਬੇਟਾ ਇਸ ਤਰ੍ਹਾਂ ਦਾ ਹੀ ਚਾਹੀਦਾ ਜਿਹੜੇ ਦੋ ਵਕਤ ਮੇਰੇ ਬੇਟੀਆਂ ਨੂੰ ਖੁਸ਼ ਰੱਖੇ ਤੇ ਦੋ ਵਕਤ ਦੀ ਰੋਟੀ ਇਹਨਾਂ ਨੂੰ ਦੇ ਦੇਵੇ ਤੇ ਬਸ ਮੈਂ ਖੁਸ਼ ਹੋ ਗਈਆਂ ਤੇ ਅੱਲਾਹ ਦੀ ਜ਼ਾਤ ਪਾਕ ਮੈਨੂੰ ਇਹਨਾਂ ਨੂੰ ਦੇ ਦੇਵੇ ਮੈਂ ਆਪਣੀਆਂ ਬੱਚੀਆਂ ਨੂੰ ਆਪਣੇ ਘਰੋਂ ਘਰ ਦੇ ਵਿੱਚੋਂ ਸਭ ਕੁਝ ਦਿਆ ਇਹ ਪਤਾ ਹੈ ਕਿ ਕੋਈ ਤਾਲੀਮ ਵਾਲਾ ਹੋ ਕੋਈ ਕਾਰੋਬਾਰ ਵਾਲਾ ਹੋ बिजनेਸਮੈਨ ਹੋ ਐਸਾ ਚਾਹੀਏ ਜਾਂ ਕੋਈ ਬਸ ਸਿੰਪਲ ਸਾਦਾ ਸਾ ਮਿਲ ਜਾਏ ਬੇਟਾ ਉਹ ਤਾਂ ਇਹਨਾਂ ਦੇ ਨਸੀਬ ਨੇ ਠੀਕ ਹੈ ਨਾ ਮਾਵਾ ਤੇ ਹੀ ਚਾਹਦੀ ਨੇ ਸਾਡੀਆਂ ਬੇਟੀਆਂ ਜਾਂ ਸਾਡੇ ਬੱਚੇ ਅੱਛੀ ਜਗ੍ਹਾ ਤੇ ਜਾਣ ਅੱਛੀ ਜਗ੍ਹਾ ਹੀ ਹੋਵੇ ਜਿੱਥੇ ਵੀ ਵਿਆਹਾਂ ਜਾਂ ਜਿੱਥੇ ਵੀ ਇਹ ਅੱਛੀ ਜਗ੍ਹਾ ਤੇ ਹੋਣ ਅੱਛੀ ਜਗ੍ਹਾ ਤੇ ਖੁਸ਼ ਰਹਿਣ ਮੇਰੇ ਬੱਚੇ ਮੈਂ ਇਹਨਾਂ ਦੇ ਪਿੱਛੇ ਬੱਚਿਆਂ ਦੇ ਇਹਨਾਂ ਦਾ ਬਾਫ ਫੋਤ ਜਦੋਂ ਦੋ ਹੈ ਇਹਨਾਂ ਦੇ ਬੱਚਿਆਂ ਦੇ ਪਿੱਛੇ ਹੀ ਮੈਂ ਇਹਨਾਂ ਦੀ ਖੁਸ਼ੀਆਂ ਵੇਖਣ ਵਾਸਤੇ ਲੋਕਾਂ ਦੇ ਘਰਾਂ ਦੇ ਵਿੱਚ ਜਾਈਦਾ ਹੈ ਤੁਹਮੇ ਇਹ ਕਹਿਨੀਏ ਮੇਰੇ ਬੱਚੇ ਖੁਸ਼ ਹੋਣ ਮੇਰੀਆਂ ਬੱਚੀਆਂ ਨੂੰ ਇਹਨਾਂ ਨੂੰ ਖੁਸ਼ੀ ਮਿਲੇ ਆਪਣੇ ਘਰ ਦੇ ਵਿੱਚ ਸੁੱਖ ਨਾ ਰਹਿਣ ਅੱਛਾ ਆਦਮੀ ਮਿਲ ਜਾਣ ਅੱਛੇ ਆਪਦੇ ਘਰ ਦੇ ਵਿੱਚ ਇਹਨਾਂ ਦੇ ਜੋ ਇਹਨਾਂ ਦੇ ਹੈਨ ਮਸਲਨ ਸ਼ੌਂਕ ਜਾਂ ਇਹਨਾਂ ਦੇ ਦਿਲ ਦੇ ਉਹ ਇਹਨਾਂ ਦੇ ਪੂਰੇ ਹੋ ਜਾਣ ਅੱਛਾ ਇਹ ਬਤਾਏ ਕਿ ਆਪ ਜਬ ਤੁਹਾਡਾ ਹਸਬੰਡ ਆਪਕਾ ਸ਼ੋਰ ਜ਼ਿੰਦਾ ਥਾ ਉਸ ਵਕਤ ਆਪਕੇ ਹਾਲਾਤ ਕਿਹੜੇ ਥੀ ਬਹੁਤ ਅੱਛੇ ਸੀ ਬਹੁਤ ਹੀ ਅੱਛੇ ਸਾਨੂੰ ਹਰ ਚੀਜ਼ ਕੋਈ ਸਾਨੂੰ ਬਾਹਰ ਦਾ ਪਤਾ ਹੀ ਨਹੀਂ ਸੀ ਹੈ ਕੁਝ ਕੋ ਲਿਆਣਾ ਹੈ ਨਹੀਂ ਲਿਆਣਾ ਜਾਂ ਕੁਝ ਕੀ ਕਰਨਾ ਹੈ ਜਾਂ ਨਹੀਂ ਕਰਨਾ ਮੇਰਾ ਆਪਕਾ ਸ਼ੌਕ ਕੀ ਬਿਜ਼ਨਸ ਕਰਦਾ ਕਾਰੋਬਾਰ ਕੀ ਕਰਦਾ ਮੇਰਾ ਸ਼ੌਕ ਮੱਛੀ ਕਾ ਕਾਮ ਕਰਦਾ ਸੀ ਫਿਰ ਅੱਛਾ ਮੱਛੀ ਕਾ ਕਾਮ ਕਰਦਾ ਸੀ ਹਾਂਜੀ ਫਾਰਮ ਵਗੈਰਾ ਇਹ ਜੇ ਚੀਜ਼ਾਂ ਜਿਹੜੇ ਨਾ ਬਾੜ ਬਣਾਉਂਦਾ ਸੀ ਅੱਛਾ ਜੀ ਦੇਖੇ ਕਿ ਜਦ ਸ਼ੌਰ ਇਨਕਾ ਜ਼ਿੰਦਾ ਥਾ ਇਹਨ ਕੀ ਦੋ ਬੱਚੀ ਥੀ ਉਸ ਵਕਤ ਬੱਚੀ ਛੋਟੀ ਥੀ ਆਪਕੀ ਨਹੀਂ 2 ਸਾਲ ਹੋ ਗਏ ਨੇ ਮੇਰੇ ਮੀਆਂ ਫਾਤ ਹੋਏ ਨੇ ਨਾ 2 ਸਾਲ 6 ਮਹੀਨੇ ਹੋ ਗਏ ਨੇ ਅੱਛਾ ਜੀ 2 ਸਾਲ 6 ਮਹੀਨੇ ਇਹ ਪਹਿਲੇ लाखों रुपए में खेलती थी करोड़ों रुपए में खेलती लेकिन आज हालात इस वक्त ऐसे हैं कि अपनी दो बच्चियों को लेकर ये मीडिया पर आ गई है और देखें कि जब अल्लाह ताला किसी से इम्तिहान लेता है या अल्लाह ताला किसी पर बुरा वक्त जब आता है तो ये देख लें ऐसे हालात हो जाते हैं अच्छा आप ये ये बताएँ कि अपनी बच्चियों के लिए शादी के लिए तो परेशान ही हैं और घर के हालात कैसे चल रहे हैं घर के हालात कैसे चलने ने बेटा ਮੈਂ ਇੱਕ ਜਣੀ ਕਮਾਨ ਵਾਲੀ ਆ ਇਤਨੇ ਲੋਕ ਖਾਣ ਵਾਲੇ ਨੇ ਚਾਰ ਬੱਚੇ ਨੇ ਪੰਜਵੀਂ ਮੇਰੀ ਸੱਸੇ ਉਹਦੀਆਂ ਦਵਾਈਆਂ ਉਹਦੇ ਮੈਡੀਸਨ ਇਹਨਾਂ ਬੱਚੀਆਂ ਦੇ ਜ਼ਰੂਰਤ ਤੁਹਾਨੂੰ ਖੁਦ ਪਤਾ ਹੈ ਅੱਜ ਕੱਲ ਦੀ ਕਿੰਨੀ ਮੰਗਾਈ ਹੈ ਕਿਤਨੀ ਤੇ ਉਧਰ ਜਾਈਦਾ ਸਾਰ ਸਵੇਰ ਤੁਰੱਕ ਤੇ ਸ਼ਾਮ ਤੱਕ ਤੇ ਮਹੀਨੇ ਦੇ ਮਹੀਨੇ ਉਹਨਾਂ ਦੇਣਾ ਹੈ ਕੁਝ ਰੈਂਟ ਮਕਾਨ ਦਾ ਦੇ ਦੇ ਦਾ ਕੁਝ ਬਿਜਲੀ ਦਾ ਬਿੱਲ ਦੇ ਦੇ ਦਾ ਅੱਲਾਹ ਦੀ ਜ਼ਾਤ ਪਾਕ ਦੇਣਾ ਹੈ ਤੇ ਅੱਲਾਹ ਦੇ ਦੇਦਾ ਇਨਸ਼ਾ ਅੱਲਾਹ ਕੋਈ ਮੇਰੀ ਮਦਦ ਕਰੇ ਹੀ ਦਾ ਨਾ ਇਹ ਮੇਰੀ ਬੱਚੀਆਂ ਨੇ ਬੱਚੇ ਨੇ خانون میرا فوت ہے کوئی تو مدد کرے گا نا تے ایک دو ادمی بھی میری مدد کر دیناں تے میرا کار دا سرکٹ چلا دارا اچھا اپ یہ بتائیں کہ اپ لوگوں کے گھروں میں جا کے کام کرتے ہیں اپ انٹرویو سے پہلے مجھے یہ بتا رہی تھی کہ میری بچیوں کو لوگ ویسے تنگ کرتے ہیں کوئی نشئی تنگ کرتا ہے کوئی ایسے تنگ کرتا ہے ان کو کی پیغام دینا چاہیں گے ہاں جی میں پہلے پہلے نہ چھوٹی بچی نال لے جاندی سی تے جے دو کاراں آندی سا نا تے بڑے لوگ پیچھے 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 ہونا پھر میں انو کار چھوڑ کے تے پھر اس لیے ہن نہیں اتنا تنگ کردے بس ਮੈਂ ਪਰੇਸ਼ਾਨ ਟੈਨਸ਼ਨ ਸੀ ਏਸੀ ਮੈਂ ਇਹੋ ਹੀ ਮੈਂ ਟੈਨਸ਼ਨ ਸੀ ਵੀ ਮੈਂ ਬੱਚਿਆਂ ਨਾਲ ਨਿੱਲ ਜਾਣਾ ਇਸੇ وجہ ਤੋਂ ਮੈਂ ਬੱਚਿਆਂ ਨਾਲ ਨਿੱਲ ਜਾਂਦੀ ਮਤਲਬ ਲੋਕ इनको ਗੰਦੀ ਨਜ਼ਰ سے ਦੇਖਦੇ ਹਾਂ ਜੀ ਗੰਦੀ ਨਜ਼ਰ سے ਦੇਖਦੇ ਨੇ ਤੇ ਮੈਂ ਨਾ ਇਹ ਕੰਮ ਨਹੀਂ ਕਰਨਾ ਚਾਹਦੀ ਵੀ ਮੇਰੀਆਂ ਬੱਚੀਆਂ ਨੂੰ ਕੱਲ ਨੂੰ ਆਪਣੇ ਘਰ ਜਾਣ ਤੇ ਇਹਨਾਂ ਨੂੰ ਕੋਈ ਗੱਲ ਕਰੇ ਵੀ ਤੁਸੀਂ ਉਹ ਤਾਂ ਬਾਜ਼ਾਰ ਚ ਜਾਂਦੀ ਸੀ ਜਾਂ ਕੰਮ ਕਰਨ ਮਾਨ ਆਲ ਜਾਂਦੀ ਸੀ ਤੇ ਤੁਸੀਂ ਜਿਹੜਾ ਨਾ ਹੁਣ ਤੁਹਾਨੂੰ ਵੀ ਕੱਲ ਨੂੰ ਕੋਈ ਇਹਨਾਂ ਨੂੰ ਕੋਈ ਗੱਲ ਨਾ ਕਰੇ ਮਤਲਬ ਜੇ ਉਹ ਆਪਣੇ ਘਰ ਮੇ ਇਹ ਜਾਏ ਤਾਂ ਕੋਈ ਇਨਕਾ ਹਸਬੰਡ ਜਾਂ ਕੋਈ ਕੋਈ ਵੀ ਆਦਮੀ ਇਨ ਆਦਮੀ ਜਾਂ ਕੋਈ ਇਹਨਾਂ ਨੂੰ ਗੱਲ ਨਾ ਕਰੇ ਸੱਸ ਜਾਂ ਨਨਾਣਾ ਇਹ ਕੋਈ ਗੱਲ ਨਾ ਕਰਨ ਇਸ ਲਈ ਮੈਂ ਬੱਚੀਆਂ ਨਾਲ ਨਹੀਂ ਲੈ ਜਾਂਦੀ ਦੇਖੇ ਜੀ ਇੱਕ ਮਾਂ ਦੀ ਸਟੋਰੀ ਆਪ ਨੇ ਅੱਛੇ ਤਰੀਕੇ ਸੇ ਸੁਣ ਲਈ ਹੈ ਇਨਕੀ ਦੋ ਬੱਚੀਆਂ ਜਵਾਨ ਹੈ ਦੋ ਬੇਟੇ ਇਨਕੇ ਛੋਟੇ ਹਨ ਉਹ ਸਕੂਲ ਮੇ ਪੜ੍ਹਨੇ ਕੇ ਲਈ ਜਾਂਦੇ ਹਨ ਸਰਕਾਰੀ ਸਕੂਲ ਮੇ ਇਨਕਾ ਕੋਈ ਰੋਜ਼ਗਾਰ ਨਹੀਂ ਹੈ ਕੋਈ ਇਨਕੇ ਪਾਸ ਵਸਾਇਲ ਨਹੀਂ ਹੈ ਕਿ ਇਹ ਆਪਣੀ ਬੱਚੀਆਂ ਕੀ ਸ਼ਾਦੀ ਕਰ ਸਕੇ اور ਜ਼ਾਇਰੀ ਬਾਤ ਹੈ ਜੋ ਲੋਗ ان کے ਲਈ ਰਿਸ਼ਤਾ ਮੰਗਨੇ ਕੇ ਲਈ ਆਤੇ ਹੈ ਤੋ ਉਹ ਲੋਗ इनसे जहेज़ पूछते हैं सामान पूछती हैं काफ़ी चीज़ें पूछती हैं क्योंकि ये रेंट के किराए के घर में रहती हैं आखिर मैं यही कहूँगा अगर कोई एंटी जी और मेरी बहन जी की कोई हेल्प करना चाहिए तो इनका नंबर डिस्क्रिप्शन में मौजूद है आप इनसे रबता कर सकते हैं और वो लोग इनको कॉल करें जो लोग इनकी हेल्प करना चाहते हैं और वो लोग इनको कॉल ना करें जो लोग इनको वैसे ही तंग करते हैं जी तंग ना कर कोई कोई भी ना नाव ना ਗੱਲਾਂ ਕਰਨ ਮੈਨੂੰ ਰਿਸ਼ਤੇ ਨਾ ਪੁੱਛਣ ਵਾਰ-ਵਾਰ ਕਿਉਂਕਿ ਸਾਰੇ ਲੋਕ ਹੀ ਧੀਆਂ ਪੈਣਾ ਵਾਲੇ ਨੇ ਤੇ ਮੈਨੂੰ ਐਵੇਂ ਨਾ ਤੰਗ ਕਰਨ ਜਿੱਥੇ ਮੇਰਾ ਦਿਲ ਮੰਨਿਆ ਜਿਹੜਾ ਮੈਨੂੰ ਖੁਦ ਹੀ ਪਸੰਦ ਆ ਗਿਆ ਮੈਂ ਖੁਦ ਹੀ ਆਪਣੀਆਂ ਬੱਚੀਆਂ ਦੀ ਉਧਰ ਸ਼ਾਦੀ ਕਰ ਦੋ ਮੇਰੀਆਂ ਬੇਟੀਆਂ ਨੇ ਮੇਰੇ ਕੋਲ ਕਿਹੜਾ ਕੋਈ ਇੰਨੀਆਂ ਨਹੀਂ ਨੇ ਜਿਹੜਾ ਮੈਂ ਹਰ ਆਦਮੀ ਨਾਲ ਗੱਲ ਕਰਾਂ ਤੇ ਉਹਨਾਂ ਦੀ ਮਿਹਰਬਾਨੀ ਉਹਨਾਂ ਦੀ ਬੜੀ ਮਿਹਰਬਾਨੀ ਹੈ ਮੈਨੂੰ ਨਾ ਜਿਨ੍ਹਾਂ ਨੇ ਮੇਰੀ ਮਦਦ ਕਰਨੀ ਮਦਦ ਕਰੇ ਜਿਨ੍ਹਾਂ ਵੀ ਕਰਨੀ ਅੱਲਾਹ ਦੇ ਨਾਮ ਤੇ ਮਦਦ ਕਰਨੀ ਹੈ ਮੇਰੇ ਬੱਚੀਆਂ ਨਿੱਕੇ ਨਿੱਕੇ ਮੇਰੇ ਬੱਚੇ ਨੇ ਬੇਵਾਂ ਮੈਂ ਆ ਤੇ ਮਦਦ ਕਰਨ ਮੈਨੂੰ ਵੈਸੇ ਉਹਨਾਂ ਦੀ ਬੜੀ ਮਿਹਰਬਾਨੀ ਹੈ ਜਿਹੜੇ ਮੇਰੇ ਪਹਿਣਾ ਬਰਾ ਮੁਸਲਮਾਨ ਸੁਣਦੇ ਪੈ ਨੇ ਮੈਨੂੰ ਵੈਸੇ ਨਾ ਕੋ ਤੰਗ ਕਰੇ ਮੈਂ ਬਹੁਤ ਅੱਗੇ ਹੀ ਸਤਾਈ ਹੋਈ ਆਂ माँ जी की गुफ्तु गु। अच्छे तरीके से सुन ली आखिर में नसरुल्ला और माँ जी और बहन बहन जी को दीजिए इजाज़त इन शाला नेक्स्ट वीडियो में मिलेंगे अगर आपके पास किसी किस्म की कोई मोटिवेशनल स्टोरी या कोई टैलेंट आया कोई आपके साथ म ज्यादा हो रहे अगर कोई मेरी बहन या कोई मेरी माँ जी अपनी बच्चियों के लिए परेशान है शादी के लिए परेशान है या उनके हालात कुछ ऐसे हैं कि वो पूरी दुनिया को दिखाना चाहते हैं तो आप ऐसा करें मेरा नंबर डिस्क्रप्शन में मौजूद है नसलुल्ला को याद कीजिए इन शाला आपको लेवन न्यूज़ प्लेटफॉर्म मुहैया करेगी नसुल्ला को इजाजत दीजिए नेक्स्ट वीडियो मिलेंगे हल्ला नहीं के बाद